ਹੈਲੋ ਦੋਸਤੋ ਅੱਜ ਆਪਾਂ ਜੋ ਗੱਲ ਕਰ ਰਹੇ ਆ ਆਪਣੇ 8th ਕਲਾਸ ਦੇ 13th ਚੈਪਟਰ ਸਿੱਧਾ ਅਤੇ ਉਲਟਾ ਅਨੁਪਾਤ ਡਾਇਰੈਕਟ ਐਂਡ ਇਨਵਰਸ ਵੇਰੀਏਸ਼ਨ ਜਾਂ ਪ੍ਰੋਪੋਰਸ਼ਨ ਤੇ ਗੱਲ ਕਰ ਰਹੇ ਆ ਪੇਪਰ ਸਟਾਈਲ ਚੇਂਜ ਹੋ ਚੁੱਕਿਆ ਹੈ ਕਿਸ ਟਾਈਪ ਦੇ ਕੁਐਸਚਨਸ ਐਗਜ਼ਾਮ ਚ ਬੰਦੇ ਆ ਕਿਵੇਂ ਪੇਪਰ ਆਣੇ ਬੜੀਆਂ ਕਨਫਿਊਜ਼ਨਸ ਚੱਲ ਰਹੀਆਂ ਇਸ ਛੋਟੇ ਜਿਹੇ ਲੈਕਚਰ ਦੇ ਵਿੱਚ ਅੱਜ ਆਪਾਂ ਸਾਰਿਆਂ ਬਰ ਡਿਸਕਸ ਕਰਾਂਗੇ ਇਸ ਦੇ ਵਿੱਚ ਜੋ ਕੁਐਸਚਨ ਹੈ ਇੱਕ ਅੰਕ ਅਤੇ ਦੋ ਅੰਕ ਦਾ ਹਨ ਸਿੱਧੇ ਦੀ ਗੱਲ ਹੈ ਅਗਰ ਮੈਂ ਇੱਕ ਅੰਕ ਤੇ ਗੱਲ ਕਰਾਂ ਤਾਂ ਜਿਹੜੀ ਇਹਦੀ ਪਿਓਰ ਥਿਉਰੀ ਹੈ ਜਿਹੜਾ ਇਹਦਾ ਬੇਸ ਹੈ ਇੰਟਰੋਡਕਸ਼ਨ ਹੈ ਉਸ ਤੇ ਗੱਲ ਆਣੀ ਹੈ ਹੁਣ ਆਪਾਂ ਜੇ ਗੱਲ ਕਰੀਏ ਸਿੱਧੇ ਅਨੁਪਾਤ ਦੀ ਪਹਿਲਾਂ ਸਿੱਧਾ ਅਨੁਪਾਤ ਕੀ ਹੁੰਦਾ ਹੈ ਦੋਨੇ ਚੀਜ਼ਾਂ ਦੇ ਨਾ ਉਲਟਾ ਅਨੁਪਾਤ ਨਾਮ ਹੀ ਦੱਸ ਰਿਹਾ ਜਿਹੜਾ ਉਲਟਾ ਹੁੰਦਾ ਹੈ ਪਰੰਤੂ ਇਹਨੂੰ ਡੈਫੀਨੇਸ਼ਨ ਚ ਕੀ ਹੈ ਅਗਰ ਇੱਕ ਚੱਲ ਜਾਂ ਵਸਤੂ ਕੁਝ ਵੀ ਕਹਿ ਸਕਦੇ ਆ ਦੇ ਵਦਨ ਦੇ ਨਾਲ ਦੂਸਰਾ ਚੱਲ ਵਧੇ ਤੇ ਜਾਂ ਇੱਕ ਚੱਲ ਦੇ ਘਟਣ ਦੇ ਨਾਲ ਦੂਸਰਾ ਚੱਲ ਘਟੇ ਉਹ ਸਿੱਧਾ ਅਨੁਪਾਤ ਹੁੰਦਾ ਹੈ ਜਿਵੇਂ ਉਦਾਹਰਨ ਕਾਪੀਆਂ ਪੈਨਾਂ ਕੁਝ ਵੀ ਲੈ ਸਕਦੇ ਹੋ ਜੈਕਟਸ ਕੋਟ ਦੀ ਗਿਣਤੀ ਅਤੇ ਕੀਮਤ ਜੇ ਗਿਣਤੀ ਵਧ ਲਵਾਂਗੇ ਕਾਪੀਆਂ ਵਧ ਲਵਾਂਗੇ ਵੱਧ ਪੈਸੇ ਦੇਣੇ ਪੈਣਗੇ ਕਾਪੀ ਪੈਨ ਕੁਝ ਵੀ ਕਹਿ ਸਕਦੇ ਹੋ ਜੈਕਟ ਬੂਟ ਜੁਰਬਾ ਪੈਂਟ ਸ਼ਰਟ ਸੂਟ ਜਿੰਨੀ ਆਪਾਂ ਵੱਧ ਗਿਣਤੀ ਲਵਾਂਗੇ ਓਨੇ ਪੈਸੇ ਆਪਾਂ ਨੂੰ ਵੱਧ ਦੇਣੇ ਪੈਣਗੇ ਜਿੰਨੇ ਘੱਟ ਲਵਾਂਗੇ ਓਨੇ ਆਪਾਂ ਨੂੰ ਘੱਟ ਦੇਣੇ ਪੈਣਗੇ ਇਹ ਹੁੰਦਾ ਸਿੱਧਾ ਅਨੁਪਾਤ ਤਾਂ ਫਿਰ ਉਲਟਾ ਕੀ ਹੋ ਗਿਆ ਇੱਕ ਚੱਲ ਦੇ ਵਧਣ ਦੇ ਨਾਲ ਦੂਸਰਾ ਘਟੇ ਜਾਂ ਇੱਕ ਦੇ ਘਟਣ ਦੇ ਨਾਲ ਦੂਸਰਾ ਵਧੇ ਉਹ ਕਿਹੜਾ ਅਨੁਪਾਤ ਹੁੰਦਾ ਹੈ ਉਲਟਾ ਅਨੁਪਾਤ ਹੁੰਦਾ ਹੈ ਜਿਵੇਂ ਸਮਾਂ ਸਪੀਡ ਗਤੀ ਅਗਰ ਸਪੀਡ ਜ਼ਿਆਦਾ ਹੈ ਤਾਂ ਸਮਾਂ ਘੱਟ ਲੱਗਣਾ ਹੈ ਅਗਰ ਸਪੀਡ ਸਲੋ ਹੈ ਤਾਂ ਟਾਈਮ ਆਪਾਂ ਨੂੰ ਜ਼ਿਆਦਾ ਲੱਗੂ ਪਹੁੰਚਣ ਤੇ ਜਾਂ ਇਦੇ ਵਿੱਚ ਮੇਨ ਚੀਜ਼ ਕੰਮ ਤੇ ਸਮਾਂ ਆਂਦਾ ਹੈ ਕੰਮ ਤੇ ਸਮਾਂ ਮਤਲਬ ਜਿਵੇਂ ਇੱਕ ਕੰਮ ਨੂੰ ਕਰਨ ਲਈ ਮਜ਼ਦੂਰ ਅਗਰ ਮਜ਼ਦੂਰ ਘੱਟ ਹੋਣਗੇ ਤਾਂ ਉਹ ਜ਼ਿਆਦਾ ਦਿਨ ਲਗਾਣਗੇ ਇੱਕ ਕੰਮ ਕੰਸਟਰਕਸ਼ਨ ਕੋਈ ਵੀ ਲੈ ਲਓ ਕਮਰਾ ਬਣਾਣਾ ਅਗਰ ਮਜ਼ਦੂਰ ਵੱਧ ਲਾਤੇ ਆਪਾਂ ਜ਼ਿਆਦਾ ਲਾਤੇ ਤਾਂ ਉਹ ਛੇਤੀ ਕੰਮ ਪੂਰਾ ਕਰ ਦੇਣਗੇ ਦਿਨ ਕੀ ਕਰਨਗੇ ਘੱਟ ਲਗਾ ਦੇ ਇਹ ਤਾਂ ਹੋ ਗਿਆ ਇਹਦੀ ਡੈਫੀਨੇਸ਼ਨ ਤੇ ਇਹਦੇ ਨਾਲ ਦੀਆਂ ਐਗਜ਼ਾਮਪਲਸ ਜੋ ਐਗਜ਼ਾਮ ਚ ਆ ਸਕਦੀਆਂ ਨੇ ਹੁਣ ਇੱਥੇ ਇੱਕ ਬੜੀ ਇੰਪੋਰਟੈਂਟ ਡੈਫੀਨੀਸ਼ਨ ਹੈ ਮੰਨ ਲਓ ਪਹਿਲਾ ਚਲ x ਹੈ ਦੂਸਰਾ ਚਲ y ਹੈ ਸਭ ਤੋਂ ਪਹਿਲਾਂ ਮੈਂ ਇੱਕ ਉਦਾਹਰਣ ਲੈ ਕੇ ਸਮਝਾਉਣਾ ਤਾਂ ਕਿ ਥੋੜੇ ਯਾਦ ਰਹਿ ਜੇ ਉਦਾਹਰਣ ਆਪਣੇ ਸਾਹਮਣੇ ਪਈ ਹੈ ਕਾਪੀਆਂ ਦੀ ਇੱਕ ਕਾਪੀ 15 ਰੁਪਏ ਦੀ ਹੈ ਦੋ ਕਾਪੀਆਂ 30 ਦੀਆਂ ਹੋਣਗੀਆਂ ਤਿੰਨ ਕਾਪੀਆਂ 45 ਦੀਆਂ ਹੋਣਗੀਆਂ ਪੰਜ ਕਾਪੀਆਂ 75 ਦੀਆਂ ਹੋਣਗੀਆਂ 10 ਕਾਪੀਆਂ 150 ਦੀਆਂ ਹੋਣਗੀਆਂ ਮੰਨ ਲਓ ਆ x ਚਲ ਹੈ ਆ ਵਾਈ ਚੱਲ ਹੈ ਤਾਂ ਚੈੱਕ ਕਰਕੇ ਦੇਖੋ ਸਾਰਿਆਂ ਨੂੰ ਵੰਡ ਕੇ ਦੇਖੋ ਆਹ ਹੋ ਗਿਆ 1/15 ਮਤਲਬ ਕਹਿਣ ਦਾ ਮਤਲਬ x/y ਕਰਕੇ ਦੇਖੋ 2/3 ਨੂੰ ਹੱਲ ਕੀਤਾ 2 ਦੇ ਪਹਾੜੇ ਤੇ ਗਿਆ 1/15 3/45 ਨੂੰ ਹੱਲ ਕੀਤਾ 3 ਦੇ ਪਹਾੜੇ ਤੇ ਗਿਆ 1/15 ਮਤਲਬ ਸਾਰਿਆਂ ਦੇ ਵਿੱਚ ਜਦੋਂ ਵੰਡਾਂਗੇ ਇੱਕੋ ਹੀ ਸੰਖਿਆ ਕਨਸਟੈਂਟ ਆਣਾ ਹੈ ਕੁਝ ਵੀ ਆ ਸਕਦਾ ਤਾਂ ਫਿਰ ਇਹਦੇ ਵਿੱਚ ਕੀ ਹੁੰਦਾ x/y ਬਰਾਬਰ ਹੈ k k ਦਾ ਮਤਲਬ ਕੋਈ ਵੀ ਸੰਖਿਆ ਆ ਸਕਦੀ ਹੈ ਤਾਂ ਆਪਾਂ ਪੂਰੇ ਮੰਨ ਲਓ 10 ਲਵਾਂਗੇ ਤਾਂ 1/10 ਬਣ ਜੂ 8 ਲਵਾਂਗੇ 1/8 ਬਣ ਜੂ ਤਾਂ ਉਸ ਅਕੋਰਡਿੰਗ ਕੋਈ ਵੀ ਕੀਮਤ ਆ ਸਕਦੀ ਹੈ ਤਾਂ ਸਿੱਧੇ ਅਨੁਪਾਤ ਦਾ ਜੋ ਰਿਲੇਸ਼ਨ ਹੈ ਉਹ ਕੀ ਹੈ ਦੋਹਾਂ ਦੇ ਵੰਡ ਇੱਕ ਕਨਸਟੈਂਟ ਹੁੰਦੀ ਹੈ ਤੇ ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਕੁਝ ਐਗਜ਼ਾਮਪਲਸ ਮੈਂ ਲੈ ਕੇ ਸਮਝਾ ਰਿਹਾ ਮੰਨ ਲਓ ਇੱਕ ਮਜ਼ਦੂਰ ਉਸ ਕੰਮ ਨੂੰ 24 ਦਿਨਾਂ 'ਚ ਕਰੂਗਾ ਮੈਂ ਡਾਇਰੈਕਟ ਲਿਖਣਾ ਇੱਕ ਵਾਰੀ ਤਾਂ ਦੋ ਮਜ਼ਦੂਰ ਉਸ ਕੰਮ ਨੂੰ 12 ਦਿਨਾਂ 'ਚ ਕਰਨਗੇ ਨਵੇਂ ਮਜ਼ਦੂਰ 8 ਦਿਨਾਂ 'ਚ ਕਰਨਗੇ 4 ਮਜ਼ਦੂਰ 6 ਦਿਨਾਂ 'ਚ ਕਰਨਗੇ 6 ਮਜ਼ਦੂਰ 4 ਦਿਨਾਂ 'ਚ ਕਰਨਗੇ ਤਾਂ ਕਹਿਣ ਦਾ ਮਤਲਬ ਓਰੇ ਵੰਡਾ ਹੈ ਉਲਟਾ ਹੈ ਵੰਡ ਦਾ ਉਲਟਾ ਕੀ ਹੋ ਗਿਆ ਗੁਣਾ ਤਾਂ ਜਿਹੜੀ ਇਹਨਾਂ ਦੀ ਗੁਣਾ ਉਹ ਇੱਕ ਕਨਸਟੈਂਟ ਹੋਊਗੀ ਗੁਣਾ ਕਰਕੇ ਦੇਖੋ 24 1 24 12 2 24 8 3 24 6 4 24 4 6 24 ਤਾਂ ਇਹਦਾ ਮਤਲਬ ਸਿੱਧਾ ਅਨੁਪਾਤ x y ਹੈ ਕਿ ਉਲਟਾ ਸਿੱਧੇ ਦਿਖਾ ਲਾ ਵੰਡ ਦਾ ਉਲਟਾ ਕੀ ਹੋ ਗਿਆ ਗੁਣਾ ਹੋ ਗਈ ਤਾਂ ਇਹ ਆਪਣੇ ਕੋਲੇ ਇੱਕ ਅੰਕ ਦੇ ਜਿਹੜੇ ਕੁਐਸਚਨਸ ਬੰਦੇ ਨੇ ਜਾਂ ਇਹ ਵੀ ਹੋ ਸਕਦਾ ਹੈ ਆਪਾਂ ਨੂੰ ਇੱਕ ਖਾਲੀ ਥਾਂ ਆ ਜਾਂ ਜਿਵੇਂ ਇੱਕ ਬਾਕਸ ਬਣਾ ਕੇ ਦਿੱਤਾ ਇੱਕ ਚਲ ਇੱਥੇ ਦਿੱਤਾ ਦੂਸਰਾ ਚਲ ਇੱਥੇ ਦਿੱਤਾ ਇੱਥੇ ਲਿਖਤਾ ਮੰਨ ਲਓ 2 ਦੀ ਕੀਮਤ 18 ਹੈ 5 ਉਰੇ ਇਹ ਲਿਖਤਾ ਕੀ ਕਹਿਣਗੇ ਅਗਰ ਸਿੱਧਾ ਅਨੁਪਾਤ ਹੈ ਜਿਵੇਂ ਆਪਾਂ ਦੇਖਿਆ ਸੈਂਪਲ ਪੇਪਰਾਂ 'ਚ ਪਿਆ ਹੈ ਤਾਂ a ਦਾ ਮੁੱਲ ਪਤਾ ਕਰੋ ਇੱਕ ਮਾਰਕਸ ਦਾ ਕੁਐਸਚਨ ਸੇ ਅਗਰ ਉਲਟਾ ਅਨੁਪਾਤ ਹੈ ਉਥੇ ਮੈਂਸ਼ਨ ਹੋ ਜਾਊਗਾ ਅਨੁਪਾਤ ਤਾਂ a ਦਾ ਮੁੱਲ ਪਤਾ ਕਰੋ ਹੁਣ ਸਿੱਧੀ ਜੀ ਗੱਲ ਹੈ ਸਿੱਧੇ ਅਨੁਪਾਤ ਦਾ ਕੀ ਫਾਰਮੂਲਾ ਸੀ x/y ਬਸ ਆ ਚੀਜ਼ ਧਿਆਨ ਚ ਰੱਖੋ 2/18 5/a ਤਿਰਛੀ ਗੁਣਾ 2 ਦੀ a ਨਾਲ ਗੁਣਾ ਕੀਤੀ 18 ਦੀ 5 ਨਾਲ ਗੁਣਾ ਕੀਤੀ a ਆਹਾ ਹੱਲ ਕੀਤਾ ਕਿੰਨਾ ਆ ਗਿਆ 45 ਇਹ ਆਪਣਾ ਇੱਕ ਅੰਕ ਦਾ ਕੁਸ਼ਣ ਬਣਦਾ ਹੈ ਸੇਮ ਉਰੇ xy ਦੇ ਤਾਂ ਉਲਟਾ ਅਨੁਪਾਤ ਤੇ ਉਲਟਿਆਂ ਨੂੰ ਪਾਸ ਚ ਆਪਾਂ ਕੀ ਕਰਦੇ ਸੀ ਗੁਣਾ ਸਿੱਧੇ ਚ ਵੰਡ ਕਰਦੇ ਸੀ ਉਲਟੇ ਚ ਗੁਣਾ 4 ਦੀ 9 ਨਾਲ ਗੁਣਾ ਕੀਤੀ ਬਰਾਬਰ ਹੈ 6 ਦੀ a ਨਾਲ ਗੁਣਾ ਕੀਤੀ 9 ਚੋਕਾ 36 6 ਦਰਾ ਕੇ ਵੰਡ ਹੋ ਗਿਆ ਤਾਂ ਹੱਲ ਕੀਤਾ a ਆਪਣੇ ਕੋਲੇ ਕਿੰਨਾ ਆ ਗਿਆ 6 ਆ ਗਿਆ ਇਹ ਆਪਣਾ ਆਨਸਰ ਆ ਗਿਆ ਤਾਂ ਆਹਾ ਸੀ ਆਪਣੇ ਇੱਕ ਅੰਕ ਦੇ ਕੁਐਸਚਨ ਦੋ ਅੰਕ ਦੇ ਕੁਐਸਚਨ নো ਡਾਊਟ ਜੋ ਇਹਦੀ ਸਟੇਟਮੈਂਟ ਦੇ ਕੁਐਸਚਨ ਬੰਦੇ ਨੇ ਉਹ ਬੰਦੇ ਨੇ ਹੁਣ ਆਪਾਂ ਉਸ ਤੇ ਗੱਲ ਕਰਦੇ ਆ ਕਿ ਦੋ ਅੰਕ ਦੇ ਕਿਹੜੇ ਕੁਐਸਚਨਸ ਬੰਦੇ ਆ ਹੁਣ ਦੋ ਅੰਕ ਚ ਕਾਪਰ ਦੇ ਕੋਲੇ 노 ਡਾਊਟ ਸਟੇਟਮੈਂਟ ਵਾਲੇ ਕੁਐਸਚਨ ਆਉਣਗੇ 13.12 ਜਾਂ 13.2 ਹੀ ਕਈ ਦੇ ਕੁਝ ਕੁ ਸਟੇਟਮੈਂਟ ਆ ਮੈਂ ਤੁਹਾਡੇ ਸਾਹਮਣੇ ਲਿਖੀਆਂ ਟਾਈਮ ਨੂੰ ਬਚਾਉਣ ਦੇ ਲਈ ਕਿਵੇਂ ਹੱਲ ਕਰਨਾ ਹੈ ਦੇਖੋ ਕਨਸੈਪਟ ਸੇਮ ਹੈ ਫਰਕ ਕੀ ਪੈ ਗਿਆ ਉੱਥੇ xy ਤੇ ਡਾਇਰੈਕਟ ਮੈਂਸ਼ਨ ਹੁੰਦਾ ਸੀ ਇੱਥੇ ਆਪਾਂ ਲੱਭਣਾ ਜਿਵੇਂ ਕਹਿੰਦੇ ਕਿਸੇ ਫੈਕਟਰੀ ਵਿੱਚ ਇੱਕ ਮਸ਼ੀਨ 840 ਬੋਤਲਾਂ 6 ਘੰਟੇ ਵਿੱਚ ਬਣਾਉਂਦੀ ਹੈ ਤਾਂ ਇੱਕ ਬੋਤਲਾਂ ਇੱਕ ਸਮਾਂ ਦੋ ਚੱਲ ਹੋਗੇ ਪਹਿਲੀ ਲਾਈਨ ਚ 840 ਬੋਤਲਾਂ 6 ਘੰਟਿਆਂ ਚ ਬਨਾਂਦੇ ਭਰਦੀ ਹੈ ਤਾਂ ਮਸ਼ੀਨ 5 ਘੰਟੇ ਸਮਾਂ ਇੱਥੇ ਹੈ ਕਿੰਨੀਆਂ ਬੋਤਲਾਂ ਭਰੇਗੀ ਆਪਾਂ ਨੇ ਬੋਤਲਾਂ ਦੀ ਗਿਣਤੀ ਪਤਾ ਕਰਨੀ ਹੈ ਕੀ ਆ ਗਿਆ x ਹੁਣ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਇਹ ਦੇਖਣਾ ਹੈ ਇਹਦੇ ਵਿੱਚ ਜਿਹੜਾ ਚੱਲ ਹੈ ਸਿੱਧਾ ਹੈ ਜਾਂ ਉਲਟਾ ਅਨੁਪਾਤ ਅਗਰ ਸਮਾਂ ਘੱਟ ਲੱਗੂਗਾ ਤਾਂ ਬੋਤਲਾਂ ਘੱਟ ਭਰੀਆਂ ਜਾਣਗੀਆਂ ਘਟਨ ਦੇ ਨਾਲ ਦੂਜਾ ਘਟ ਰਿਹਾ ਹੈ ਤਾਂ ਇੱਕ ਕਿਹੜਾ ਅਨੁਪਾਤ ਹੋ ਗਿਆ ਸਿੱਧਾ ਅਨੁਪਾਤ ਹੋ ਗਿਆ ਬੋਤਲਾਂ ਸਮੇਂ ਘਟਦੇ ਨਾਲ ਦੇਖੋ ਸਮਾਂ 6 ਤੋਂ 5 ਹੋ ਗਿਆ ਸਮਾਂ ਘਟ ਗਿਆ ਜੇ ਸਮਾਂ ਘਟੂਗਾ ਤਾਂ ਬੋਤਲਾਂ ਵੀ ਘਟ ਭਰੀਆਂ ਜਾਣਗੀਆਂ ਤਾਂ ਇੱਕ ਚੀਜ਼ ਦੇ ਘਟਨ ਦੇ ਨਾਲ ਦੂਜੀ ਘਟ ਰਹੀ ਹੈ ਸਿੱਧਾ ਅਨੁਪਾਤ ਸਿੱਧਾ ਅਨੁਪਾਤ ਕੀ ਕਰਦੇ ਸੀ ਆਹਾ ਵਟਿਆ ਆਹਾ ਬਰਾਬਰ ਆ ਵਟਿਆ ਆਹਾ ਤਿਰਛੀ ਗੁਣਾ 840 ਦੀ 5 ਨਾਲ ਗੁਣਾ 6 ਨਾਲ 6 ਦੀ ਆਪਾਂ ਇੱਧਰ ਵੰਡ ਕਰ ਦਾਂਗੇ ਹਨ ਹੱਲ ਕੀਤਾ ਇਹ ਵੰਡਿਆਗਾ 140 140 ਦੀ 15 ਗੁਣਾ ਕੀਤੀ ਤਾਂ ਆਪਣੇ ਕੋਲੇ ਕਿੰਨਾ ਆਂਸਰ ਆ ਗਿਆ 700 ਆਂਸਰ ਆ ਗਿਆ ਤਾਂ 5 ਘੰਟੇ ਜਿਹੜੀ ਉਹ ਮਸ਼ੀਨ ਹੈ 700 ਬੋਤਲਾਂ ਭਰੂ ਨੈਕਸਟ ਕੁਐਸਚਨ ਇੱਕ ਟਰੱਕ 25 ਮਿੰਟਾਂ ਵਿੱਚ 14 ਕਿਲੋਮੀਟਰ ਚੱਲਦਾ ਹੈ ਇੱਕ ਸਮਾਂ ਦੇਤਾ ਇੱਕ ਦੂਰੀ ਦੇਤਾ 25 ਮਿੰਟ ਦੇ ਵਿੱਚ 14 ਕਿਲੋਮੀਟਰ ਚੱਲਦਾ ਹੈ ਜੇ ਉਹੀ ਚਾਲ ਰਵੇ ਸੇਮ ਸਪੀਡ ਤੇ ਚੱਲੇ ਤਾਂ ਉਹ 5 ਘੰਟੇ ਵਿੱਚ ਸਮਾਂ ਆ ਰਿਹਾ ਸਮੇ ਦੇ ਨਾਲ ਸਮਾਂ ਕਿੰਨੀ ਦੂਰੀ ਤੈਅ ਕਰੇਗਾ ਇੱਥੇ ਜੋ ਸਭ ਤੋਂ ਇੰਪੋਰਟੈਂਟ ਚੀਜ਼ ਤੁਸੀਂ ਧਿਆਨ ਚ ਰੱਖਣੀ ਹੈ ਇਕਾਈ ਇਕਾਈ ਦਾ ਮਤਲਬ ਕੀ ਹੈ ਮੇਰਾ ਦੇਖੋ ਔਰੇ ਮਿੰਟ ਹੈ ਔਰੇ ਘੰਟੇ ਹੈ ਤਾਂ ਇਹਨੂੰ ਵੀ ਆਪਾਂ ਮਿੰਟਾਂ ਚ ਬਦਲਾਂਗੇ ਇੱਕ ਘੰਟੇ ਦੇ ਵਿੱਚ 60 ਮਿੰਟ ਹੁੰਦੇ ਨੇ ਤਾਂ ਇਹ ਹੋ ਗਿਆ 5 60 ਮਿੰਟ ਪਹਿਲੀ ਗੱਲ ਨੰਬਰ 2 ਹੁਣ ਦੇਖਦੇ ਹਾਂ ਅਗਰ ਸਮਾਂ ਜ਼ਿਆਦਾ ਲੱਗੋ ਤਾਂ ਜਿਹੜੀ ਦੂਰੀ ਆ ਵੱਧ ਹੋਊ ਕਿ ਘੱਟ ਹੋਊ ਵਧੂਗੀ ਤਾਂ ਇਹਦਾ ਮਤਲਬ ਵੱਧ ਸਮੇਂ ਦੇ ਨਾਲ ਜਿਹੜੀ ਦੂਰੀ ਹੈ ਉਹ ਵੱਧ ਹੋਣੀ ਹੈ ਇੱਕ ਚੱਲ ਦੇ ਵਧਣ ਨਾਲ ਦੂਜਾ ਵਧ ਰਿਹਾ ਹੈ ਇਹਦਾ ਮਤਲਬ ਜਿਹੜਾ ਇਹ ਅਨੁਪਾਤ ਹੈ ਇਹ ਸਿੱਧਾ ਹੋ ਗਿਆ ਤਾਂ ਫਿਰ ਕਿਵੇਂ ਹੱਲ ਹੋ 25 ਵਟੇ 14 ਬਰਾਬਰ 5 60 ਵਟੇ x ਤਿਰਛੇ ਗੁਣਾ 25 x ਦੇਖੋ ਗੁਣਾ ਨਹੀਂ ਹੱਲੇ ਕਰਨੀ ਪਹਿਲਾਂ ਚੱਲ ਨੂੰ ਇੱਕ ਪਾਸੇ ਰੱਖੋ ਇੰਗਲਿਸ਼ ਵਾਲੇ ਅੱਖਰ ਨੂੰ ਦੂਜਿਆਂ ਨੂੰ ਇੱਕ ਪਾਸੇ ਸ਼ਿਫਟ ਕਰੋ ਕਿਉਂਕਿ ਉਸ ਤੋਂ ਬਾਅਦ ਜੇ ਹੱਲ ਕਰੋਗੇ ਸੌਖਾ ਹੋ ਜਾਊਗਾ 5 1 5 5 5 25 5 1 5 12 5 60 14 12 168 ਕਿਲੋਮੀਟਰ ਦੀ ਜਿਹੜੀ ਦੂਰੀ ਹੈ ਉਹ ਟਰੱਕ ਕੀ ਕਰੂਗਾ ਤੈਅ ਕਰੂਗਾ ਉਸ ਸਮੇਂ ਦੇ ਵਿੱਚ ਠੀਕ ਇਕਾਈ ਦੇਖੋ ਪਹਿਲਾਂ ਇਕਾਈ ਦਾ ਧਿਆਨ ਰੱਖਣਾ ਉਸ ਤੋਂ ਬਾਅਦ ਚੈੱਕ ਕਰੋ ਸਿੱਧਾ ਹੈ ਜਾਂ ਉਲਟਾ ਹੈ ਅਗਲਾ ਕੁਸ਼ਚਨ ਹੈ ਆਪਣੇ ਕੋਲੇ ਕਹਿੰਦੇ ਮੋٹے ਕਾਗਜ਼ ਦੀਆਂ 12 ਸ਼ਿੱਟਾਂ ਦਾ ਭਾਰ 40 ਗ੍ਰਾਮ ਹੈ ਜੇ ਇਸ ਤਰ੍ਹਾਂ ਦੇ ਕਾਗਜ਼ ਦੀਆਂ ਕਿੰਨੀਆਂ ਸ਼ਿੱਟਾਂ ਹੋਣ x ਕਿ ਜਿਹੜਾ ਭਾਰ 2.5 ਕਿਲੋਗ੍ਰਾਮ ਹੋਵੇ ਸਭ ਤੋਂ ਪਹਿਲਾਂ ਇਕਾਈ ਉਰੇ ਗ੍ਰਾਮ ਹੈ ਉਰੇ ਕਿਲੋਗ੍ਰਾਮ ਤੇ ਆਪਾਂ ਨੂੰ ਪਤਾ ਹੈ ਦੇਖੋ 2.5 ਹੋ ਗਿਆ 5/2 1 ਕਿਲੋਗ੍ਰਾਮ ਦੇ ਵਿੱਚ 1000 ਗ੍ਰਾਮ ਹੁੰਦੇ ਨੇ ਇਹ इजीली ਹੱਲ ਹੋ ਰਿਹਾ ਹੈ ਤਾਂ ਇਹਦਾ ਮਤਲਬ ਆਪਣੇ ਕੋਲ ਕੀ ਆ ਗਿਆ 2500 ਗ੍ਰਾਮ ਪਹਿਲੀ ਗੱਲ ਹੁਣ ਅਗਰ ਭਾਰ ਜ਼ਿਆਦਾ ਹੋਊਗਾ 40 ਤੋਂ 2500 ਹੋ ਗਿਆ ਭਾਰ ਵਧੂਗਾ ਤਾਂ ਜਿਹੜੀਆਂ ਸ਼ਿੱਟਾਂ ਨੇ ਉਹ ਵੱਧ ਹੋਣਗੀਆਂ ਕਿ ਘੱਟ ਹੋਣਗੀਆਂ ਵੱਧ ਹੋਣਗੀਆਂ ਤਾਂ ਕਿਹੜਾ ਅਨੁਪਾਤ ਆ ਗਿਆ ਸਿੱਧਾ ਕੀ ਹੱਲ ਹੋਊਗਾ ਫਿਰ 12 ਵਟੇ 40 x ਵਟਾ 2500 ਤਿਰਛੇ ਗੁਣਾ 12 2500 x 40 40 ਦੀ ਉੱਧਰ ਜਾ ਕੇ ਵੰਡ ਹੋ ਗਈ 1 0 ਨਾਲ ਲਿਖ 0 4 3 12 ਇਹਨੂੰ ਗੁਣਾ ਕੀਤੀ ਤਾਂ ਇਹਦਾ ਮਤਲਬ 750 ਛਿੱਟਾਂ ਹੋਣਗੀਆਂ ਤੇ ਉਹਨਾਂ ਦਾ ਭਾਰ ਕੀ ਹੋਣਾ 2.5 ਕਿਲੋ ਦੇਖੋ ਇਹਨਾਂ ਦਾ ਕੁਐਸਚਨ ਹੈ ਨੈਕਸਟ ਦੇਖਦੇ ਆ 15 ਮਜ਼ਦੂਰ ਕਿਸੇ ਦੀਵਾਰ ਨੂੰ 48 ਘੰਟੇ ਚ ਬਣਾਉਂਦੇ ਹਨ ਮਜ਼ਦੂਰ ਸਮਾਂ 15 ਮਜ਼ਦੂਰ 48 ਘੰਟੇ ਚ ਬਣਾਉਂਦੇ ਹਨ ਇਸੇ ਕੰਮ ਨੂੰ 30 ਘੰਟੇ ਵਿੱਚ ਕਰਨ ਲਈ ਕਿੰਨੇ ਮਜ਼ਦੂਰਾਂ ਦੀ ਲੋੜ ਹੈ ਇਕਾਈਆਂ ਸੇਮ ਦੇ ਘੰਟੇ ਚੱਲ ਰਿਹਾ ਹੁਣ ਅਗਰ ਸਮਾਂ ਘੱਟ ਚਾਹੀਦਾ ਹੈ ਕੰਮ ਨੂੰ ਪੂਰਾ ਕਰਨਾ ਹੈ ਤਾਂ ਜਿਹੜੇ ਮਜ਼ਦੂਰ ਚਾਹੀਦੇ ਨੇ ਉਹ ਕਿੰਨੇ ਕੀ ਚਾਹੀਦੇ ਨੇ ਘੱਟ ਕੇ ਵੱਧ ਵੱਧ ਇੱਕ ਚੀਜ਼ ਦੇ ਘਟਣ ਦੇ ਨਾਲ ਦੂਜੀ ਵੱਧ ਗਈ ਕਿਹੜਾ ਅਨੁਪਾਤ ਹੋ ਗਿਆ ਕਿਹੜਾ ਅਨੁਪਾਤ ਹੋ ਗਿਆ ਉਲਟਾ ਤੇ ਉਲਟਾ ਅਨੁਪਾਤ ਕੀ ਹੱਲ ਕਰਦੇ ਹੁੰਨੇ ਆਪਾਂ ਗੁਣਾ ਕਰਦੇ ਆ 15 ਦੀ 48 ਦੇ ਨਾਲ ਗੁਣਾ बराबर x ਦੀ 30 ਦੇ ਨਾਲ ਗੁਣਾ 30 ਦੀ ਅੰਦਰ ਵੰਡ ਹੋ ਗਈ ਇਹਨੂੰ ਹੱਲ ਕਰੋ 15 1 15 15 2 3 2 1 2 x ਕਿੰਨਾ ਆ ਗਿਆ 24 ਮਜ਼ਦੂਰ ਚਾਹੀਦੇ ਐ ਉਸ ਕੰਮ ਨੂੰ 30 ਘੰਟਿਆਂ ਵਿੱਚ ਪੂਰਾ ਕਰਨ ਦੇ ਲਈ ਤਾਂ ਦੋਸਤੋ ਇਹ ਮੈਂ ਕੁਝ ਕੁ ਕੁਐਸਚਨਸ ਲੈਨੇ ਤਾਂ ਕਿ ਤੁਹਾਨੂੰ ਤਰੀਕਾ ਵੀ ਸਮਝ ਆ ਜਾਏ ਤਾਂ ਇਸ ਤਰੀਕੇ ਦੇ ਨਾਲ ਆਪਾਂ ਦੋ ਅੰਕ ਦੇ ਕੁਐਸਚਨਾਂ ਨੂੰ ਸੋਲਵ ਕਰਦੇ ਆ ਕੀ ਕੀਤਾ ਮੈਂ ਥੋੜਾ ਦੁਬਾਰਾ ਰਿਵਾਈਜ਼ ਕਰ ਦੰਨਾ ਸਿੱਧਾ ਅਨੁਪਾਤ ਹੈ ਚਲਾਂ ਦੀ ਵੰਡ ਉਲਟਾ ਅਨੁਪਾਤ ਹੈ ਚਲਾਂ ਦੀ ਗੁਣਾ ਤਾਂ ਇਹ ਸੀ ਆਪਣਾ 13ਵਾਂ ਚੈਪਟਰ ਸਿੱਧਾ ਅਤੇ ਉਲਟਾ ਅਨੁਪਾਤ ਥੈਂਕ ਯੂ